ਸਤਿ ਸ਼੍ਰੀ ਅਕਾਲ ਜੀ ESS ਗਲੋਬਲ ਤੋਂ ਮੈਂ ਡਾਕਟਰ ਸਪਨ ਸੰਧੂ ਤੇ ਮੇਰੇ ਨਾਲ ਸਾਡੀ ਚੰਡੀਗੜ੍ਹ ਬ੍ਰਾਂਚ ਤੋਂ ਹਰਵਿੰਦਰ ਸਰ ਸਤਿ ਸ਼੍ਰੀ ਅਕਾਲ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਹਰਵਿੰਦਰ ਸਰ ਮੈਨੂੰ ਇਹ ਦੱਸੋ ਕਿ ਜਦੋਂ ਕਿਸੇ ਸਟੂਡੈਂਟ ਨੇ ਤਹੀਆ ਕਰ ਲਿਆ ਕਿ ਮੈਂ ਆਸਟ੍ਰੇਲੀਆ ਜਾਣਾ ਉਹਦੀ ਆਪਣੇ ਹੁੰਦੀਆਂ ਕਿ ਪ੍ਰੋਬਲਮਸ ਵੀ ਹੁੰਦੀਆਂ ਨੇ ਕਈ ਵਾਰ ਇੱਛਾ ਹੁੰਦੀ ਕਿ ਅਸੀਂ ਆਸਟ੍ਰੇਲੀਆ ਹੀ ਜਾਣਾ ਵੀਜ਼ਾ ਸਕਸੈਸ ਰੇਟ ਵੀ ਅੱਛਾ ਆ ਰਿਹਾ ਡਜ਼ ਇਟ ਮੈਟਰ ਕਿ ਕਿਸੇ ਸਪੈਸੀਫਿਕ ਪ੍ਰੋਵਿੰਸ ਵਿੱਚ ਹੀ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਕਿ ਖੁੱਲ੍ਹਾ ਡੁੱਲਾ ਆਸਟ੍ਰੇਲੀਆ ਜਿੱਥੇ ਮਰਜ਼ੀ ਦਿਲ ਕੀਤਾ ਉੱਥੇ ਆਪਾਂ ਅਪਲਾਈ ਕਰ ਲਈਏ ਨਹੀਂ ਜੀ ਦੇਖੋ ਏਰੀਆ ਜਿਹੜਾ ਸਪੈਸੀਫਿਕ ਹੈ ਇੱਥੇ ਬਹੁਤ ਵੱਡਾ ਰੋਲ ਪਲੇ ਕਰਦਾ ਜੇ ਤੁਸੀਂ ਕਹਿੰਦੇ ਸਿਡਨੀ ਮੈਲਬਰਨ ਤੇ ਬ੍ਰਿਸਬਨ ਇਹ ਮੈਟਰੋ ਸਿਟੀਜ਼ ਨੇ ਜਿਵੇਂ ਕਿ ਆਪਾਂ ਇੰਡੀਆ 'ਚ ਗੱਲ ਕਰ ਲਈਏ ਆਪਣਾ ਦਿੱਲੀ ਬੈਂਗਲੌਰ ਚੇਨਈ ਇਸ ਤਰ੍ਹਾਂ ਦੇ ਜੇ ਇਹਨਾਂ ਏਰੀਆ ਦੇ ਵਿੱਚ ਅਪਲਾਈ ਕੀਤਾ ਜਾਏਗਾ ਤਾਂ ਕਿਤੇ ਨਾ ਕਿਤੇ ਕੀ ਹੈ ਕਿ ਸਾਡਾ ਵੀਜ਼ਾ ਵੀ ਫਸ ਸਕਦਾ ਅਗਰ ਆਪਾਂ ਗੱਲ ਕਰਦੇ ਹਾਂ ਕਿ ਬਾਕੀ ਪ੍ਰੋਵਿੰਸਸ ਜਿਹੜੇ ਰੀਜਨਲ ਏਰੀਏ ਨੇ ਉੱਥੇ ਅਪਲਾਈ ਕੀਤਾ ਜਾਵੇ ਤਾਂ ਕਿਹੜੇ ਕਿਹੜੇ ਬੈਨੀਫਿਟਸ ਮਿਲਣਗੇ ਸਟੂਡੈਂਟ ਨੂੰ ਮਾਸਟਰ ਡਿਗਰੀ ਕੀਤੀ ਹੈ 2 ਸਾਲ ਦੀ ਤੁਸੀਂ ਸਿਡਨੀ ਮੈਲਬਰਨ ਬ੍ਰਿਸਬਨ ਅਪਲਾਈ ਕਰਦੇ ਹੋ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ ਅਗਰ ਇਹੀ ਤੁਸੀਂ ਏਰੀਆ ਸਪੈਸੀਫਿਕ ਚੂਜ਼ ਕਰਦੇ ਹੋ ਪਰਥ ਤੇ ਐਡੀਲੇਡ 2 ਸਾਲ ਪੜ੍ਹਾਈ ਕਰਕੇ ਤੁਹਾਨੂੰ 4 ਸਾਲ ਦਾ ਵਰਕ ਪਰਮਿਟ ਦਿੱਤਾ ਜਾਂਦਾ ਅਗਰ ਤੁਸੀਂ ਤਾਸਮਾਨੀਆ ਤੇ ਡਾਰਵਿਨ ਚੂਜ਼ ਕਰਦੇ ਹੋ ਤੁਹਾਨੂੰ 5 ਸਾਲ ਦਾ ਵਰਕ ਪਰਮਿਟ ਕੀਤਾ ਜਾਂਦਾ ਬਹੁਤ ਸਾਰੀ ਮੈਂ ਇਦਾਂ ਦੇ ਮੈਂ ਵੀਡੀਓਜ਼ ਦੇਖਦੇ ਰਹਿੰਦੇ ਹਾਂ ਜਿਹਦੇ ਵਿੱਚ ਏਜੰਟਸ ਕਹਿ ਰਹੇ 2 ਸਾਲ ਪੜ੍ਹਾਈ ਕਰਨੀ ਹੈ ਜੀ 5 ਸਾਲ ਦਾ ਵਰਕ ਪਰਮਿਟ ਹਾਂ ਇਹ ਮੇਰੇ ਖਿਆਲ ਸਾਰਿਆਂ ਨੂੰ ਭੁਲੇਖਾ ਹੋਣਾ ਕਿ ਇਹ ਸੱਚ ਹੈ ਕਿ ਝੂਠ ਹੈ ਕਿਉਂਕਿ ਹਰ ਸੋਸ਼ਲ ਪਲੇਟਫਾਰਮ ਤੇ ਡਿਫਰੈਂਟ ਏਜੰਸੀਜ਼ ਵੱਲੋਂ ਪ੍ਰਮੋਟ ਕੀਤਾ ਜਾਂਦਾ ਕਿ ਬਸ ਜੀ ਮਾਸਟਰਸ ਕੀਤੀ ਹੈ ਤੁਸੀਂ ਐਡਮਿਸ਼ਨ ਲਓ 2 ਸਾਲ ਦੀ ਪੜ੍ਹਾਈ ਕਰੋ ਤੇ 5 ਸਾਲ ਦਾ ਵੀਜ਼ਾ ਇਹ ਸੱਚ ਨਹੀਂ ਹੈ ਸਰ ਹਾਂਜੀ ਮੈਮ ਇਹਦੇ ਵਿੱਚ ਏਰੀਆ ਸਪੈਸੀਫਿਕ ਨਹੀਂ ਦੱਸਿਆ ਜਾਂਦਾ ਬੱਚੇ ਨੂੰ ਜਦੋਂ ਬੱਚਾ ਉੱਥੇ ਪਹੁੰਚਦਾ ਹੈ ਉਹਦੇ ਰਿਸ਼ਤੇਦਾਰ ਦੋਸਤ ਦੱਸਦੇ ਆ ਕਿ ਨਹੀਂ ਯਾਰ ਇਸ ਏਰੀਆ 'ਚ ਨਹੀਂ ਮਿਲਣਾ ਤੈਨੂੰ ਏਰੀਆ ਚੇਂਜ ਕਰਨਾ ਪੈਣਾ ਕਨਫਿਊਜ਼ਨ ਔਰ ਇੱਕਦਮ ਸਾਰਾ ਕੁਝ ਤੁਹਾਨੂੰ ਲੱਗਦਾ ਬੱਚੇ ਨੂੰ ਕਿ ਸਾਡਾ ਤੇ ਡਾਊਨ ਹੋ ਗਿਆ ਬਿਲਕੁਲ ਜੀ ਬਿਲਕੁਲ ਉੱਥੇ ਬੱਚਾ ਫਿਰ ਉਸ ਟਾਈਮ ਸੋਚਦਾ ਕਿ ਕਾਸ਼ ਮੈਂ ਆਪਣਾ ਏਜੰਟ ਸਮਾਰਟਲੀ ਚੂਜ਼ ਕੀਤਾ ਹੁੰਦਾ ਬਿਲਕੁਲ ਜੀ ਜੇ ਤੁਹਾਡੇ ਮਨ 'ਚ ਵੀ ਇਹੋ ਜਿਹਾ ਕੋਈ ਧੜਕੂ ਹੈ ਕੋਈ ਵੀ ਇਹੋ ਜਿਹੀ ਕੁਐਰੀ ਹੈ ਤਾਂ ਤੁਸੀਂ ਬਿਲਕੁਲ ਹੈਜ਼ਿਟੇਟ ਨਾ ਕਰੋ ESS ਗਲੋਬਲ ਨਾਲ ਸੰਪਰਕ ਕਰੋ ਤੇ ਜੇ ਸਪੈਸੀਫਿਕਲੀ ਤੁਸੀਂ ਸਾਡੇ ਹਰਵਿੰਦਰ ਸਾਨੂੰ ਮਿਲਣਾ ਚਾਹੁੰਦੇ ਹੋ ਇਹ ਜਿਹੜੀ ਸਾਡੀ ਚੰਡੀਗੜ੍ਹ ਬ੍ਰਾਂਚ ਹੈ ਉੱਥੇ ਅਵੇਲੇਬਲ ਹੁੰਦੇ ਨੇ ਤੇ ਸਰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਕੋਰਸਿਸ ਵਿੱਚ ਜਦੋਂ ਇੱਕ ਸਟੂਡੈਂਟ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਆਪਾਂ ਪ੍ਰੋਵਿੰਸ ਦੀ ਗੱਲ ਕਰ ਲਈ ਅੱਗੇ ਪੱਕੇ ਹੋਣ 'ਚ ਇੱਕ ਤਰ੍ਹਾਂ ਕਿੰਨਾ ਕੁ ਟਾਈਮ ਪੀਰੀਅਡ ਲੱਗ ਜਾਊਗਾ ਇਫ ਦੇ ਆਰ ਵੈਰੀ ਰੈਗੂਲਰ ਇਨ ਦੇ ਸਟੱਡੀਜ਼ ਆਪਣੇ ਅਸਾਈਨਮੈਂਟ ਸਾਰੇ ਰੂਲਸ ਓਬੇ ਕਰਦੇ ਨੇ ਵਟ ਡੂ ਯੂ ਥਿੰਕ ਕਿ ਅਪਰੋਕਸੀਮੇਟਲੀ ਟਾਈਮ ਪੀਰੀਅਡ ਹੋਏਗਾ ਹਾਂਜੀ ਮੈਮ ਦੇਖੋ ਹਰੇਕ ਕੰਟਰੀ ਦਾ ਕੀ ਹੈ ਪ੍ਰੋਟੋਕਾਲ ਹੈ ਕਿਸੇ ਵੀ ਕੰਟਰੀ ਲਈ ਅਸੀਂ ਅਪਲਾਈ ਕਰਦੇ ਹਾਂ ਉੱਥੇ ਪੜ੍ਹਾਈ ਕੀਤੀ ਹੈ ਤਾਂ ਉਹਦਾ ਇੱਕ ਪ੍ਰੋਟੋਕਾਲ ਫੋਲੋ ਕਰਨਾ ਪੈਂਦਾ ਅਗਰ ਅਸੀਂ ਕਰਾਂਗੇ ਤਾਂ ਡੈਫੀਨੇਟਲੀ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਹਾਂ ਜੀ ਠੀਕ ਹੈ ਜੀ ਫੋਰ ਐਗਜ਼ਾਮਪਲ ਅਸੀਂ ਆਪਣੀ ਪੜ੍ਹਾਈ ਖਤਮ ਕੀਤੀ ਰੈਲੇਵੈਂਟ ਐਕਸਪੀਰੀਅੰਸ ਇੱਥੇ ਗੱਲ ਕਰਾਂਗੇ ਹੁਣ ਕਈ ਕਹਿੰਦੇ ਆ ਜੀ ਇੱਕ ਮਿੱਥ ਬਣਿਆ ਹੋਇਆ ਕਿ ਆਸਟ੍ਰੇਲੀਆ ਤਾਂ ਜੀ PR ਹੀ ਨਹੀਂ ਦਿੰਦਾ ਠੀਕ ਹੈ ਨਾ ਬੱਚੇ ਗਏ ਜੀ ਸਾਡੇ ਰਿਸ਼ਤੇਦਾਰ ਗਿਆ ਜੀ 10 ਸਾਲ ਹੋ ਗਏ ਉਹਨੂੰ PR ਨਹੀਂ ਮਿਲੀ ਕਿਉਂ ਨਹੀਂ ਮਿਲੀ ਕਦੇ ਰੀਜ਼ਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸਟੱਡੀ ਕਰ ਲਈ ਅਸੀਂ ਫੂਡ ਟੈਕਨੋਲੋਜੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਵਰਕ ਐਕਸਪੀਰੀਅੰਸ ਹੈ ਡੋਮੀਨੋਸ ਦਾ ਜਾਂ ਤੁਹਾਡੇ ਕੋਲ ਮੈਕਡੋਨਲਡ ਦਾ ਰੈਲੇਵੈਂਟ ਐਕਸਪੀਰੀਅੰਸ ਨਹੀਂ ਕਾਊਂਟ ਹੁੰਦਾ ਤੁਹਾਨੂੰ PR ਨਹੀਂ ਮਿਲਣੀ ਤੁਸੀਂ 15 ਸਾਲ ਰਹਿ ਲਓ ਚਾਹੇ ਬਿਲਕੁਲ ਜੀ ਜਿੱਦਾਂ ਸਰ ਨੇ ਸਲਾਹ ਦਿੱਤੀ ਹੈ ਕਿ ਸਹੀ ਡਿਸੀਜਨ ਔਰ ਸਹੀ ਕੋਰਸ ਸਿਲੈਕਸ਼ਨ ਔਰ ਅੱਗੇ ਜਦੋਂ ESS ਦਾ ਪਲੇਟਫਾਰਮ ਹੈ ਸਿਰਫ ਅਸੀਂ ਤੁਹਾਨੂੰ ਇੱਕ ਵੀਜ਼ਾ ਨਹੀਂ ਲੈ ਕੇ ਦੇਣਾ ਪੂਰੀ ਉਮਰ ਤੁਹਾਡਾ ਸਾਥ ਨਿਭਾਉਣਾ ਠੀਕ ਹੈ ਨਾ ਸਰ ਬਿਲਕੁਲ ਜੀ ਸਾਨੂੰ ਦਿਓ ਇਜਾਜ਼ਤ ਫਿਰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਕਰਾਂਗੇ ਸਤਿ ਸ਼੍ਰੀ ਅਕਾਲ